सवेरे सवेरे मम्मी इन खबरें सुना दें बंदा की करे, मन ही कच्चा कर देने खबर सुना सुना बंदे नूं। पक्का ही गा मेरा चंगा भला उठिया पहले सवेरे एक दसता मुंडा मर गया, हुण बादल दसता बादल उत्थे खड़ गया वा, हुण तुसीं मोदी दी सुना दी गल, तुहानूं मेरी गल सुण, तुहानूं खबरां खबरां दिलवा दईए। मैं कहिंदा सत्त बजे अखबार आउंदी सवेरे तड़के घरे, नौ बजे तुसीं खबरां देण लग जांदे घरे बैठिया। ਮੈਨੂੰ ਤਾਂ ਇਹ ਸਮਝ ਲੱਗਦੀ ਵੀ ਤੁਸੀਂ ਮੇਰਾ ਮਨ ਹੀ ਕੱਚਾ ਕਰਦੇ ਨੇ, ਘਰੋਂ ਨਿਕਲਦਾ ਕੀ ਮੌਤਾਂ ਚਾਰ ਗਣਾ ਦਿੰਦੇ ਘਰੋਂ ਨਿਕਲਦੇ ਰੋਜ਼ ਹੀ, ਰੋਜ਼ ਹੀ ਚਾਰ ਮੌਤਾਂ। ਜਿਹੜੀ ਤੁਸੀਂ ਪੰਜਾਬੀ ਮਾਂ ਨਹੀਂ ਹੋਣੀ, ਸਮਝ ਨਹੀਂ ਆਉਣੀ ਉਹ ਪੰਜਾਬੀ ਮਾਂ ਨਹੀਂ ਤੁਸੀਂ ਕੱਟੜ ਵਾਲੀ। ਮੈਂ ਇੰਨੇ ਹੌਸਲਾ ਉੱਠਿਆ ਮੈਂ ਕਿਹਾ ਅੱਜ ਮੈਂ ਇੱਦਾਂ ਕਰੂੰਗਾ ਇੱਦਾਂ ਕਰੂੰਗਾ ਇੱਦਾਂ ਕਰੂੰਗਾ, ਤੁਸੀਂ ਮੌਤਾਂ ਚਾਰ ਗਣਾਈਆਂ, ਮੇਰਾ ਮਨ ਹੀ ਕੱਚਾ ਹੋ ਗਿਆ ਹੁਣ ਤਾਂ ਮੇਰਾ। ਮੈਨੂੰ ਤਾਂ ਕਈ ਵਾਰੀ ਆਪਣਾ ਡਰ ਲੱਗਣ ਲੱਗ ਜਾਂਦਾ ਵੀ ਮੈਂ ਕੀ ਹੋ ਜੂ, ਮੇਰਾ ਕੀ ਮੈਨੂੰ ਮੇਰਾ ਬਣੂਗਾ ਕੁਛ ਕੀ ਨਹੀਂ ਬਣੂਗਾ, ਮੈਨੂੰ ਦੇ ਸਮਝ ਲੱਗਣ ਦੀ ਕੀ। ਯਾਰ ਮੰਮੀ ਤੁਸੀਂ ਵੀ ਨਾ ਕੀ ਕਰਦੇ ਯਾਰ, ਹੈਂ ਨੂੰ ਪਿਆ ਜੂਜਸ ਪਿਆ ਹੁਣ ਮੈਨੂੰ ਇੱਦਾਂ ਨਹੀਂ ਗੱਲ ਬਣੀ, ਹੁਣ ਮੰਮੀ ਜੂਸ ਪਿਆ ਦੋ ਹੁਣ ਮੈਨੂੰ, ਮੇਰੇ ਕੋ ਨਹੀਂ ਗੱਲ ਬਣੀ, ਮੈਂ ਦਾਤੀ ਗੱਲ, ਹੁਣ ਮੇਰਾ ਹੌਸਲਾ ਟੁੱਟ ਗਿਆ ਸਾਰਾ ਹੀ, ਤੁਸੀਂ ਮਨ ਕੱਚਾ ਕਰ ਛੱਡਿਆ ਮੇਰਾ। ਆ ਤੁਸੀਂ ਮਸ਼ੀਨ ਚਲਾਈ ਜਾਂਦੇ ਰਹੇ, ਇੱਧਰ ਮੇਰੀ ਮਸ਼ੀਨਾਂ ਰੋਕੀ ਜਾਂਦੇ ਸਾਰੀਆਂ ਤੁਸੀਂ, ਹੁਣ ਮੇਰਾ ਦਿਮਾਗ ਜਿਹੜਾ ਦਿਮਾਗ ਮੇਰੀ ਬੜੀ ਤੜੀ ਮਸ਼ੀਨ ਆ, ਤੁਸੀਂ ਰੋਕ ਛੱਡਿਆ ਉਹਨੂੰ, ਚੱਲਦਾ ਸੀ ਚੱਲਦਾ ਆਇਆ, ਮੈਂ ਚੰਗਾ ਵਾਲਾ ਪੁਰਸ਼ ਕੀਤਾ ਸਵੇਰੇ ਉੱਠ ਕੇ, ਚੱਲਦਾ ਆਇਆ ਤੁਸੀਂ ਰੋਕਤਾ, ਹੁਣ ਦਿਮਾਗ ਚੱਲਿਆ ਤੇ ਪੁਰਸ਼ ਹੋਇਆ ਵਾ, ਜੇ ਹੱਥਾਂ ਨਾਲ ਪੁਰਸ਼ ਹੋਣਾ ਵਿੰਗਾ ਡੇਡਾ ਇੱਧਰ ਕਰੀ ਇੱਧਰ ਇੱਧਰ ਕਿੱਦਾਂ ਕਿੱਦਾਂ ਵੱਜੂਗਾ, ਦਿਮਾਗ ਨਹੀਂ ਚੱਲੂਗਾ ਰੇ, ਹੋਰ ਪੁਰਸ਼ ਜੇ ਦਿਮਾਗ ਨਾ ਚੱਲਦਾ ਮੈਂ ਮੇਰਾ ਪਤਾ ਪੁਰਸ਼ ਮੱਥੇ 'ਤੇ ਫੇਰੀ ਜਾਵਾਂ ਮੈਂ, ਚੰਗਾ ਭਲਾ ਖਰਾਬ ਕਰਕੇ ਜਾ ਰੱਖ ਛੱਡਿਆ ਵਾ। ਮੈਨੂੰ ਤਾਂ ਅੱਜ ਦੋ ਚਾਰ ਬੰਦੇ ਨੂੰ ਪੇਮੈਂਟ ਆਉਣੀ, ਮੈਂ ਤਾਂ ਉਹ ਵੀ ਭੁੱਲ ਗਿਆ ਹੁਣ ਕਿਹਦੇ ਕਿਹਦੇ ਕੋਣੇ ਆ, ਆਉਣਗੀਆਂ ਆਉਣਗੀਆਂ ਮੇਰੇ ਕੰਨ ਵਿੱਚ ਕਿਹਾ ਖੁਦਾ ਨੇ ਜਿਗਰਾ ਰੱਖੀ ਡੋਲੀ ਨਾ ਆਖਰ ਨੂੰ ਹਸਲਤ ਆਉਣੇ, ਚੁੱਪ ਕਰ ਜਾ ਬੋਲੀ ਰਾ ਵਸਲ ਆਉਣ ਲੈ ਰਸਗੁੱਲੇ ਖਵਾ ਲੈਂਦੇ ਆ, ਕਿਹਦੇ ਮੂੰਹ ਬੰਦ ਕਰਨੇ ਆ, ਕਿਹਦੇ ਮੂੰਹ ਬੰਦ ਕਰਨੇ ਆ, ਉਧਰ ਰਸਗੁੱਲੇ ਖਵਾਰਾਂਗੇ ਸਾਰਿਆਂ ਨੂੰ ਹੈ, ਪੈਸੇ ਜਿੰਨੇ ਤੇ ਮਗੋਣੇ ਆ ਮੈਂ ਹੁਣੇ ਲਿਆ ਖਵਾਰਾਂ, ਸੌ ਰੁਪਏ ਦੇ ਰਸਗੁੱਲੇ ਆਉਣੇ ਯਾਰ, ਵੱਡਾ ਸਹਿਲ ਲਿਆ ਮਗਰ ਉਹ ਮੈਂ ਸੋਚ ਲਿਆ ਵਾ ਆਪਣਾ, ਮੈਂ ਸੋਚ ਲਿਆ ਵਾ, ਬਹੁਤੀਆਂ ਸਲਾਵਾਂ ਨਹੀਂ ਦੇਣੀਆਂ ਮੈਨੂੰ ਬਿਨਾਂ ਗਲਤੀਆਂ, ਮੈਂ ਦੱਸਦਾ ਮੰਮੀ ਤੁਹਾਨੂੰ ਸਲਾਵਾਂ ਨਹੀਂ ਦੇਣੀਆਂ, ਮੈਂ ਸਲਾਵਾਂ ਨਹੀਂ ਦੇਣੀਆਂ ਮੈਨੂੰ, ਹੈਂ ਮੈਂ ਕੋਈ ਕੁਛ ਨਹੀਂ ਬੋਲਦਾ, ਮੇਰਾ ਕਾਂ ਉੱਚਾ ਵਾ, ਉਹ ਮੇਰਾ ਕਾਂ ਉੱਚਾ ਵਾ, ਮੈਂ ਬੋਲਦਾ ਹੁਣ ਵੀ ਮੈਂ ਆਰਾਮ ਨਾਲ ਬੋਲਣ ਦਿਆਂ, ਮੇਰੀ ਆਵਾਜ਼ ਫਿਰ ਵੀ ਉੱਚੀ ਲੱਗਣ ਦੀ ਆ, ਮੈਂ ਉੱਚਾ ਨਹੀਂ ਬੋਲਦਾ, ਉਹ ਲੱਗ ਜਾਂਦਾ ਵੀ ਮੈਂ ਉੱਚਾ ਬੋਲਿਆ ਵਾ, ਲੋਕਾਂ ਦੇ ਆਪਣੀ ਕੰਨ ਤੇਜ਼ ਹੋਏ ਜਾਂ ਮੇਰਾ ਕਾਂ ਉੱਚਾ ਹੋ ਗਿਆ, ਸਮਝ ਨਹੀਂ ਲੱਗਦੀ ਵੀ ਲੋਕ ਸੁਣ ਬੋਲ ਲੈਂਦੇ ਆ, ਤੇ ਫਿਰ ਤੁਹਾਨੂੰ ਦੱਸਣਾ ਸੀ ਨਾ ਵੀ ਵੀਰ ਤਾਂ ਗੱਡੀ ਲੈਣ ਗਿਆ ਵਾ, ਪੁੱਛ ਲਓ ਫੋਨ ਕਰਕੇ, ਬੈਂਸ ਤੁਹਾਡੇ ਕੋਲ ਕਿਉਂ ਨਹੀਂ, ਜਾਣ ਭਾਜੀ ਤੁਸੀਂ ਗੱਲਾਂ ਕਰ ਲੈਂਦੇ ਰਹੇ, ਜਾਣ ਭਾਜੀ ਤੁਸੀਂ ਗੱਲਾਂ ਕਰਦੇ, ਤੁਹਾਨੂੰ ਪਤਾ ਨਹੀਂ ਬੈਲੈਂਸ ਬੈਲੈਂਸ ਹੈਗਾ, ਮੈਨੂੰ ਫੋਨ ਕਰ ਲਓ, ਸਿਆਣਿਆਂ ਦੇ ਵੇਖਣ ਵਾਲੇ ਵਿਆਹ ਹੁੰਦੇ ਬਜ਼ੁਰਗਾਂ ਦੇ ਭੋਗ, ਜਦੋਂ ਬਜ਼ੁਰਗ ਕਿਤੇ ਆ ਜਾਂਦੇ ਆ 70-80 ਸਾਲਾਂ ਦੇ ਵਿਆਹ ਦਾ, ਪਤਾ ਨਹੀਂ ਜਾਣਾ ਨਹੀਂ ਜਾਣਾ, ਭੋਗ 'ਤੇ ਜਾਣਾ ਪੈਂਦਾ ਜੀ, ਸਾਡੇ ਉਹ ਸ਼ਰੀਕੇ ਦਾ ਭੋਗ ਆ ਗਿਆ ਜੀ, ਫਿਰ ਤਾਂ ਬਜ਼ੁਰਗ ਬੰਦਾ ਬੱਸ ਕੱਲੀ ਭੋਗਾਂ 'ਤੇ ਫੜਦਾ ਹੁੰਦਾ, ਚਲੋ ਬੱਸ ਫੜੀਏ ਚਲੀਏ ਭੋਗ 'ਤੇ, ਚਲੋ ਇੱਧਰ ਚਲੀਏ, ਚਲੋ ਉੱਧਰ ਚਲੀਏ, ਉਹ ਭੋਗ ਆ ਗਈ, ਉਹ ਲੱਖਾ ਮਰ ਗਈ, ਸਿੱਖਾ ਮਰ ਗਈ, ਪਿੱਖਾ ਮਰ ਗਈ, ਉਹਦਾ ਭਤੀਜ ਮਰ ਗਈ, ਉਹ ਮੁੰਡਾ ਮਰ ਗਈ, ਭੋਗ ਪਿੰਡਾਂ ਵਿੱਚ ਕਿਸੇ ਦਾ ਕੋਈ ਮਰ ਜਾਣਾ ਨਾ ਰਿਸ਼ਤੇਦਾਰ, ਇੱਕ ਦੇ ਨਾਲ 10 ਜਣੀਆਂ ਜਾਣਾ,
ਫੂਕਦੇ ਆਓ ਮਹੱਲਾ ਇਕੱਠਾ ਕਰਕੇ, ਅੱਜ ਕੱਲ੍ਹ ਮਹੱਲੇ ਚਾਰ ਅੱਜ ਕੱਲ੍ਹ ਮੌਤ ਹੋ ਜਾਂਦੀ ਪੱਲਾ ਦਾ ਜਲਦੀ। ਉਸ ਟਾਈਮ ਫਿਰ ਮੰਮੀ ਗੱਲ ਉਹ ਸੀ, ਉਸ ਟਾਈਮ ਭਾਈਚਾਰਾ ਬੜਾ ਸੀਗਾ, ਇਸ ਟਾਈਮ ਲੋਕਾਂ 'ਚ ਖਾਰਾਂ ਬੜੀਆਂ ਵਾ, ਭਾਈਚਾਰਾ ਬਹੁਤ ਹੁੰਦਾ ਉਦੋਂ। ਹੈਂ ਹੁਣ ਉਸ ਟਾਈਮ 'ਤੇ ਭੋਗ ਵੀ ਦੋ ਦੋ ਆਏ ਹੁੰਦੇ ਦਿਹਾੜੀ 'ਚ, ਦੋ ਦੋ ਭੋਗ ਆਏ ਨੇ ਦੇਖੇ ਆਪੇ ਆਪੇ ਬਸ। ਆਹ ਗੱਲ ਆ, ਮੈਂ ਸੋਚੀ ਜਾਂਦਾ ਪਤਾ ਨਹੀਂ ਕਿਹੜੀ ਗੱਲ, ਮੇਰੇ ਦਿਮਾਗ 'ਚ ਨਹੀਂ ਆਉਂਦੀ ਪਈ। ਬਸ ਲੋਕਾਂ ਨੂੰ ਲੋਕੀ ਜਗ੍ਹਾ ਜਾਂਦੇ ਵਿਆਹਾਂ 'ਤੇ, ਵਿਆਹ ਅੱਜ ਕੱਲ੍ਹ ਵਿਆਹ ਦੇ ਕੰਮ ਹੋ ਗਿਆ, ਇੱਕ ਜਣਾ ਮਗਰ ਜਾਂਦਾ ਚਾਰ ਜਣੇ ਮਗਰ ਹੁੰਦੇ ਉਰੇ। ਕਹਿ ਤੇ ਰਿਹਾ ਵਾ ਵਿਆਹ 'ਤੇ ਜਾਓ, ਵਿਆਹ ਦੇ ਇੱਕ ਅੱਗੇ ਜਾਂਦੇ ਚਾਰ ਜਣ ਮਗਰ ਹੁੰਦੇ ਅਤੇ ਭੋਗ 'ਤੇ ਇੱਕ ਹੀ ਜਾਂਦਾ ਅਤੇ ਬਾਕੀ ਚਾਰ ਜਣੇ ਗੱਡੀ ਕਰਦੇ ਚੱਲ ਜਾਏ ਯਾਰ ਤੂੰ ਮੱਥਾ ਟੇਕ ਜਾ ਅਫਸੋਸ ਕਰ ਰਿਹਾ ਜਾ ਕੇ। ਹਾਂਜੀ ਬਿਲਕੁਲ ਬਿਲਕੁਲ, ਉਹ ਕੱਲ੍ਹ ਨੂੰ ਮੈਂ ਪੰਜਾਂ ਸਾਲਾਂ ਨੂੰ ਵਿਆਹ ਜਾਣਾ, ਮੇਰੀ ਰਿਸ਼ਤੇਦਾਰੀਆਂ ਪੈ ਜਾਣੀਆਂ। ਕੱਲ੍ਹ ਨੂੰ ਪ੍ਰਿੰਸ ਨੇ ਵਿਆਹ ਜਾਣਾ, ਪੰਜਾਂ ਸਾਲਾਂ ਉਹਦੀ ਰਿਸ਼ਤੇਦਾਰੀ ਪੈ ਜਾਣੀਆਂ। ਮੈਂ ਤਾਂ ਰਿਸ਼ਤੇਦਾਰੀ ਉੱਥੇ ਪਾਉਣੀ ਜਿਹਨਾਂ ਦੇ ਪਿੱਛੇ 100 ਬੰਦਾ ਹੋਵੇ ਉਹਨਾਂ ਦਾ, ਵੀ ਮੈਂ ਤਾਂ ਉੱਥੇ ਤੁਰਿਆ ਰਹਾਂ ਟਾਈਮ, ਮੈਂ ਤਾਂ ਰਿਸ਼ਤੇਦਾਰੀ ਉੱਥੇ ਪਾਉਣੀ ਜਾ ਕੇ। ਮੈਂ ਇਕੱਲੇ ਘਰ ਥੋੜ੍ਹੀ ਰਿਸ਼ਤੇਦਾਰੀ ਪਾ ਲੈਂਦੀ, ਉੱਥੇ ਜਾ ਕੇ ਬੈਠਾ ਰਹਾਂ ਕਾਲੇ ਵਾਂਗੂ। ਹਾਂਜੀ ਹਾਂਜੀ ਠੀਕ ਆ ਜੀ, ਇਕੱਲਾ ਗੰਦ ਬੰਦਾ ਜਾਵੇ ਚਾਰ ਘਰ ਘੁੰਮੇ ਜੀ ਆ ਕੇ, ਰਿਸ਼ਤੇਦਾਰੀ ਉੱਥੇ ਹੁੰਦੀ ਆ, ਅਗਲੇ ਅਗਲੇ ਜੀਭ ਨੂੰ ਵਾਲਾ ਜੀਜਾ ਜੀ, ਜੀਜਾ ਜੀ ਕਰਦੇ, ਜੀਜਾ ਜੀ ਕਰਦੇ ਅਤੇ ਮੈਂ ਉੱਥੇ ਕਹਾਂ ਨਹੀਂ 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 ਬਸ ਬਸ ਉਹ ਬਸ ਸਾਲਾ ਜੀ ਬਸ ਉਹ ਸਾਲਾ ਜੀ ਬਸ ਉਹ ਨਹੀਂ ਖਾਓ, ਬਸ ਕਰੋ ਬਸ ਕਰੋ, ਨਾ ਇੰਨਾ ਨਾ ਕਰੋ ਨਾ ਕਰੋ, ਮੈਂ ਇੱਦਾਂ ਹੀ ਗਈ ਹਾਂ ਵਾਰ ਵਾਰ, ਫਿਰ ਇਹ ਗੱਲ ਬਣੇ ਵਰਤ ਲਾਂਗੇ ਲੋਕੀ ਸਾਡੇ ਨਾਲ ਹੀ ਵਰਤਦੇ, ਸਾਡੀ ਛੋਟੀ ਫੈਮਿਲੀ ਲੋਕੀ ਸਾਡੇ ਨਾਲ ਵਰਤਦੇ ਆ। ਮੈਂ ਚਾਹੁੰਦਾ ਮੇਰੇ ਦਿਲ ਦੀ ਗੱਲ, ਮੈਂ ਕਹਿੰਦਾ ਵੀ ਮੈਂ ਜਾਵਾਂ ਤਾਂ ਕਦੇ ਚਾਹ ਹੀ ਬੜਾ ਚੜ੍ਹਦੇ ਉਹਨਾਂ ਨੂੰ, ਰੋਟੀ ਮਿਲੂ ਅੱਜ ਮੇਰਾ ਡਿਊਟੀ ਟਾਈਮ ਹੋਇਆ, ਮੈਂ ਡਿਊਟੀ ਜਾਣਾ ਵਾ, ਬਿਜ਼ਨਸ ਤੋਂ ਨਾ ਮੈਂ ਲੇਟ ਕਰਾਇਆ ਕਰੋ, ਮੇਰਾ ਡਿਊਟੀ ਟਾਈਮ ਹੋ ਗਿਆ ਵਾ, ਤਾਂ ਦਿਓ ਮੈਂ ਬਿਜੀ ਜੇ ਫੋਨ 'ਤੇ ਬਿਜੀ ਹਾਂ, ਤੁਸੀਂ ਰੋਟੀ 'ਤੇ ਦਿਓ ਮੈਨੂੰ, ਇੱਕ ਹੱਥ ਨਾਲ ਖਾਲੂ ਮੈਂ ਤੁਸੀਂ ਦਿਓ, ਕਿਉਂ ਦੀਪ ਸਿੰਘ ਰੋਟੀ ਤੁਹਾਡੀ ਤਿਆਰ ਟੇਬਲ 'ਤੇ ਲੱਗੀ, ਆਇਓ ਮੈਂ ਕਿਉਂ ਨਾ ਆਵਾਂ, ਤਾਂ ਦਿਓ ਰੋਟੀ ਮੇਰਾ, ਮੈਂ ਲੇਟ ਹੋ ਜਾਂਦਾ ਬਿਜ਼ਨਸ 'ਚ ਜਾਣਾ ਮੈਂ, ਅਤੇ ਹੋਰ ਰੋਟੀ ਤੁਸੀਂ ਦਿੰਦੇ ਨਹੀਂ ਜੇ, ਤੁਸੀਂ ਕਿਉਂ ਤੁਸੀਂ ਕਰਦੀਆਂ ਨਹੀਂ, ਲਾਈਟਾਂ ਜਗਦੀਆਂ ਰਹਿਣੀ ਚਾਹੀਦੀਆਂ ਵਾ, ਹਰਿਆ ਭਰਿਆ ਰਹਿੰਦਾ ਕੰਮ, ਬਿੱਲ ਵੀ ਏਡਾ ਲੰਬਾ ਆਉਣਾ, ਉਹ ਭਾਵੇਂ ਪੈ ਤੁਸੀਂ ਲੱਤ ਕਿਉਂ ਮਾਰੀ, ਉਹਦੇ ਲੱਤ ਕਿਉਂ ਮਾਰੀ ਤੁਸੀਂ, ਉਹਦੇ ਉਹਨੂੰ ਅਗਲ ਆਉਣੀ ਨਹੀਂ, ਮੈਂ ਕੁੱਤਾ ਵਾ, ਕੁੱਤੇ ਨੂੰ ਅਗਲ ਆਉਣੀ ਨਹੀਂ ਕਦੀ, ਕੁੱਤਾ ਕੁੱਤਾ ਕਿਹਨੂੰ ਕਹਿੰਦੇ, ਇਹਨੂੰ ਤਾਂ ਕੁੱਤਾ ਕਹਿੰਦੇ ਜਿਹਨੂੰ ਅਗਲ ਹੀ ਨਾ ਆਵੇ ਕਦੀ, ਇਹ ਵਫ਼ਾਦਾਰ ਹੁੰਦੇ ਪਰ ਅਗਲ ਥੋੜ੍ਹੀ ਹੁੰਦੀ ਇਹਨਾਂ ਨੂੰ, ਬਹੁਤ ਦਿੱਕਤ ਇਸ ਘਰ ਦੇ ਵਿੱਚ, ਇੰਨੀ ਕੁ ਸਵੇਰੇ ਖੱਜਲ ਖੁਆਰੀ ਕਰਕੇ ਘਰੋਂ ਤੁਰਨਾ ਪੈਂਦਾ ਵਾ, ਵੀ ਉਸ ਤੋਂ ਬਿਨਾਂ ਦਿਨ ਨਹੀਂ ਸਫਲ ਹੁੰਦਾ, ਇੰਨਾ ਕੁ ਰੌਲਾ ਰੱਪਾ ਪਵੇ ਨਾ ਘਰ 'ਚ, ਅਤੇ ਨਾ ਘਰਦੇ ਦਾ ਦਿਨ ਸਫਲ ਹੋਣਾ ਅਤੇ ਨਾ ਮੇਰਾ ਦਿਨ, ਵੀ ਇੰਨਾ ਕਿ ਮੈਨੂੰ ਸੋਚ ਲਓ ਵੀ ਇਹ ਘਰ ਦੇ ਵਿੱਚ ਰਹਿਣਾ ਬਹੁਤ ਔਖਾ ਵਾ, ਵੀ ਇੰਨਾ ਕਿ ਮੈਨੂੰ ਖੱਜਲ ਹੋ ਕੇ ਤੁਰਨਾ ਪੈਂਦਾ ਰੋਜ਼ ਘਰੋਂ, ਵੀ ਮੇਰਾ ਇੰਨੀਆਂ ਗੱਲਾਂ ਸੁਣਨੀਆਂ ਪੈਂਦੀਆਂ ਵਾ, ਸੋਚੋ ਫਿਰ ਕਿ ਮੇਰਾ ਸਾਰਾ ਦਿਨ ਕਿੱਦਾਂ ਨਿਕਲਦਾ ਹੋਊਗਾ, ਜ਼ਿੰਮੇਵਾਰੀ ਹੈਗੀਆਂ ਹੀ ਆ, ਸਭ ਤੋਂ ਵੱਡੀ ਜ਼ਿੰਮੇਵਾਰੀ ਇਹੀ ਹੈ ਵੀ ਤੁਸੀਂ ਮੈਨੂੰ ਇੱਡਾ ਰੌਲਾ ਪਾ ਕੇ ਤੋਰਦੇ ਘਰੋਂ ਰੋਜ਼, ਇਸ ਤੋਂ ਬਾਅਦ ਕਿਹੜੀ ਜ਼ਿੰਮੇਵਾਰੀ ਹੋ ਸਕਦੀ ਆ, ਵੀ ਚਾਰ ਗਲਾਸਾਂ ਨੇ ਬੀਟੇ ਨੇਦਾ ਗਿਆ, ਛੀਟੇ ਨੇਦਾ ਗਿਆ, ਮੀਟੇ ਨੇਦਾ ਗਿਆ ਜੀ, ਵੀ ਉਹ ਐਂ ਹੋ ਗਏ ਅਤੇ ਐਂ ਹੋ ਗਈ, ਐਂ ਹੋ ਗਈ, ਐਂ ਹੋ ਗਏ, ਅਤੇ ਮੈਂ ਇਕੱਲਾ ਸੁਣਨ ਵਾਲਾ ਵੀ ਇੱਦਾਂ ਹੀ ਹੋ ਗਿਆ, ਇੱਦਾਂ ਹੀ ਹੋ ਗਿਆ, ਇੱਦਾਂ ਹੀ ਹੋ ਗਿਆ, ਗਿਆਰਾਂ ਵਜੇ ਉੱਠਿਆ, 7 ਵਜੇ ਉੱਠਿਆ, ਮੈਂ ਉੱਠ ਕੇ ਮੈਂ ਬੈੱਡ 'ਤੇ ਬਹਿ ਗਿਆ ਸੀ, ਮਤਲਬ ਬੈੱਡ ਤੋਂ ਮੈਂ 9 ਵਜੇ ਉੱਠਿਆ ਵਾਂ, ਪਰ ਉੱਠ ਮੈਂ 7 ਵਜੇ ਗਿਆ ਸੀ, ਇਹ 'ਚ ਨਹੀਂ ਕੁਛ ਕਹਿ ਸਕਦੇ ਮੈਨੂੰ, ਹੈ ਅਤੇ ਬਹਿ ਲਓ ਤੁਹਾਡੀ ਮਰਜ਼ੀ ਆ, ਤੁਹਾਨੂੰ ਕੋਈ ਰੋਕਦਾ ਵਾ, ਹੁਣ ਮੈਨੂੰ ਕੰਮ ਹੀ ਨਹੀਂ ਕੋਈ, ਮੈਨੂੰ ਕੰਮ ਹੀ ਸਾਰੇ ਬਾਹਰ ਹੁੰਦੇ ਘਰੇ, ਕੰਮ ਹੀ ਨਹੀਂ ਕੋਈ ਮੈਨੂੰ,
ਮੈਨੂੰ ਕੰਮ ਹੀ ਨਹੀਂ ਕੋਈ ਘਰੇ, ਸਾਰੇ ਕੰਮ ਮੈਨੂੰ ਬਾਹਰ ਹੁੰਦੇ ਆ, ਮੈਂ ਘਰੇ ਉੱਠ ਕੇ ਕਰਨਾ, ਮੇਰਾ ਬਿਜ਼ਨਸ ਦਾ ਟਾਈਮ ਆ, ਮੈਂ 10 ਵਜੇ ਨਿਕਲ ਜਾਣਾ, ਦੇਖੋ ਘਰੋਂ 11 ਵਜ ਗਏ ਘਰੇ ਬੈਠਿਆ, ਕਦੋਂ ਮੈਂ ਕੰਮ ਕਰੂੰਗਾ ਤੇ ਕਦੋਂ ਮੈਂ ਘਰੇ ਆਊਂਗਾ, ਫਿਰ ਕਦੋਂ ਮੈਂ ਵੈਗ ਮੰਗ ਲਿਆਊਂਗਾ, ਕਦੋਂ ਮੈਂ ਪੈਸੇ ਜਾੜ ਕੇ ਲਿਆ ਜਾੜੂੰਗਾ। ਮੰਮੀ ਤੁਹਾਨੂੰ ਕੁਛ ਚਾਹੀਦਾ ਅੱਜ? ਚਾਹੀਦਾ ਕੁਛ? ਕੋਈ ਸੂਟ ਸਾਟ ਕੁਛ, ਕੋਈ ਚੀਜ਼ ਦੱਸ ਦਿਓ, ਮੈਂ ਡੈਡੀ ਦਾ ਏਟੀਐਮ ਚੁੱਕ ਲਿਆ ਅੱਜ, ਅੱਜ ਮੈਂ ਡੈਡੀ ਦਾ ਏਟੀਐਮ ਫੜ ਲਿਆ, ਅਤੇ ਅੱਜ ਦੱਸੋ ਤੁਹਾਨੂੰ ਚਾਹੀਦਾ ਕੀ ਅੱਜ? ਕੁਛ ਵੀ ਕੋਈ ਚੀਜ਼ ਮੈਂ ਕਹਿੰਦਾ ਅੱਜ ਜਿੱਤੇ ਤੇ ਯਾਤਰਾ ਦਊਗੀ, ਉਸੇ ਚੀਜ਼ 'ਤੇ ਮੈਂ ਲੈ ਕੇ ਨਹੀਂ ਦਿੰਦਾ, ਸੋਚੂੰਗਾ ਇੱਕ ਵਾਰੀ ਫਿਰ ਮੈਂ ਤੁਹਾਨੂੰ ਲੈ ਦੂੰਗਾ ਵੀ ਅੱਜ ਏਟੀਐਮ ਮੇਰੇ ਕੋਲ ਆ, ਪਾਸਵਰਡ ਆਪਾਂ ਨੂੰ ਪਤਾ ਆ। ਹਾਂਜੀ ਡੈਡੀ ਦੀ ਜੁੱਤੀ, ਆਪਾਂ ਡੈਡੀ ਦੀ ਜੁੱਤੀ ਲੈ ਕੇ ਨਹੀਂ ਦੇਣੀ, ਜਿਹੜੀ ਵਰਨਗੇ ਤੁਹਾਨੂੰ ਲੈ ਦੇਣੀ ਆ, ਜਿਹੜੀ ਜਿੰਨੇ ਵਰਨੀਆਂ ਨਹੀਂ ਜਿਹੜੀਆਂ ਹੈਂ। ਕਹਿਤਾ ਅੱਜ ਮੂੰਹ ਤੇ, ਕਹਿਤਾ ਕਹਿਤਾ ਕਹਿਤੀ ਗੱਲ ਅੱਜ ਰੋਟੀ ਕਾਹ ਦੀ ਕਿਤੇ ਖਾਣ ਨੂੰ, ਰੋਟੀ ਦਾ ਟਾਈਮ ਤੁਸੀਂ ਵੇਲਣੇ ਖਵਾਈ ਜਾਂਦੇ ਜੇ, ਫਿਰ ਮੈਂ ਵੇਲਣਾ ਨੀ ਮੰਮੀ, ਵੇਲਣਾ ਕਲਾ ਉੱਥੇ ਵੇਲਣਾ, ਮੇਰੇ ਤੇ ਨੀ ਵੇਲਣਾ, ਜਿਹਦੇ ਨਾਲ ਮੈਨੂੰ ਡਰਾਇਆ ਜਾ ਰਿਹਾ ਵਾ, ਮੈਂ ਡਰਨ ਵਾਲਾ ਨੀ ਹੈਗਾ, ਇਹ ਚੀਜ਼ ਮੇਰੇ ਛੋਟੇ ਅੰਦਰ ਚੱਲਦੀ ਆ ਰਹੀ, ਮੈਂ ਤਾਂ ਡਰਨ ਵਾਲਾ ਨੀ ਹੈਗਾ, ਜਿਹਨਾਂ ਉੱਥੇ ਹਰ ਹੁੰਦਾ ਵੇਲਣਾ।